ਛੱਡ ਯਾਰ, ਉਹਦੇ ਗੱਲਾਂ ਕਰਦਾ ਉਹਦਾ ਬੜਾ ਚਾਲੂ ਬੰਦਾ, ਚਾਲੂ ਵਰਗਾ ਚਾਲੂ। ਮੈਂ ਕਿਹਾ ਪੁੱਛਣਾ ਯਾਰ, ਉਹਨਾਂ ਦਾ ਗੱਲਾਂ ਗੱਲਾਂ ਚ ਹੱਥਾਂ ਦੇ ਸਰੋਂ ਜਮਾ ਦੀ। ਬਈ ਸਾਹਮਣੇ ਕਿਉਂ ਹੋਇਆ ਯਾਰ? ਯਾਰ ਮੈਨੂੰ ਵੀ ਲੱਗਦਾ ਕੁਛ ਹੋਇਆ, ਆ ਜਾ ਦੇਖੀਏ ਯਾਰ। ਬਾਈ ਪਤਾ ਲੱਗਿਆ ਕੌਣ ਇਹ? ਵੀਰੇ ਪਤਾ ਨੀ ਕੌਣ, ਮੈਂ ਤਾਂ ਹੁਣੇ ਆਇਆ। ਚੱਲ ਚੱਲੀਏ ਯਾਰ, ਐਵੇਂ ਕਿਤੇ ਗਵਾਹ ਬਣਾ ਲਏ ਪੁਲਿਸ ਆ ਗਿਆ ਆਪਾਂ ਨੂੰ। ਹਾਂ ਯਾਰ, ਕਿਆ ਪਤਾ ਮਾੜੇ ਵਕਤ ਦਾ, ਘਰ ਦੇ ਸੋਚਣਗੇ ਸੈਰ ਕਰ ਲਾਂਗੇ ਜਾਂ ਪਠਾਣੇ ਬੈਠੇ ਹੋਈਏ। ਚੱਲ ਚੱਲੀਏ। ਹੈਲੋ, ਕੀ ਗੱਲ ਹੋ ਗਈ ਭਾਈ ਸਾਹਿਬ? ਭਾਈ ਜੀ ਐਕਸੀਡੈਂਟ ਹੋ ਗਿਆ। ਨਵਸ ਤਾਂ ਚਲਦੀ ਲੱਗਦੀ ਹੈ, ਮੈਨੂੰ ਜਿੱਥੋਂ ਤੱਕ ਲੱਗਦਾ ਹੈ ਨਾ, ਜ਼ਿਆਦਾ ਲਹੂ ਬਣ ਕਰਕੇ ਬੇਹੋਸ਼ ਹੋ ਗਿਆ। ਕਿਉਂ ਨਾ ਇਹਨੂੰ ਆਪਾਂ ਹਸਪਤਾਲ ਜਾਈਏ। ਛੱਡ ਭਾਈ ਛੱਡ, ਐਵੇਂ ਬਿਪਤਾ ਛੇੜੇਗਾ, ਸੈਲ ਮਾਰ ਲੰਘ ਤੂੰ, ਪੁਲਿਸ ਦਾ ਕੰਮ ਆਪਾਂ ਕੀ ਲੈਣਾ। ਪਰ ਜਰਾ ਸੋਚ ਕੇ ਵੇਖੋ, ਜਿਹਦੀ ਜਗ੍ਹਾ ਤੁਸੀਂ ਹੁੰਦੇ ਤਾਂ ਤੁਹਾਡਾ ਕੋਈ ਆਪਣਾ ਹੁੰਦਾ ਤਾਂ ਵੀ ਤੁਹਾਡਾ ਇਹੋ ਜਵਾਬ ਹੁੰਦਾ। ਚਲੋ ਕਮ ਸੇ ਕਮ ਹੁਣ ਇਨਸਾਨ ਹੋਣ ਦੇ ਨਾਤੇ ਇੰਨਾ ਕੁ ਤਾਂ ਫਰਜ਼ ਪੂਰਾ ਕਰੋ, ਇਹਨੂੰ ਚੁੱਕ ਕੇ ਮੇਰੀ ਗੱਡੀ 'ਚ ਪਾਓ ਅਤੇ ਬਾਕੀ ਮੈਂ ਵੇਖ ਲਾਂਗਾ ਆਪੇ, ਜੋ ਹੋਊਗਾ ਤੁਸੀਂ ਆਪਣੇ ਘਰਾਂ ਨੂੰ ਜਾਓ। ਨਾਲੇ ਕਹਿੰਦੇ ਨੇ ਨਾ ਕਿ ਜੇ ਸੱਚੀ ਨੀਤ ਨਾਲ ਕਿਸੇ ਦੀ ਸੇਵਾ ਕਰੋ ਨਾ ਜਾਂ ਕੋਈ ਕੰਮ ਕਰੋ ਤਾਂ ਵਾਹਿਗੁਰੂ ਵੀ ਸਾਥ ਦਿੰਦਾ। ਚੱਕੋ ਯਾਰ, ਕਿਵੇਂ ਮਹਿਸੂਸ ਕਰਦੇ ਹੁਣ ਤੁਸੀਂ? ਹੁਣ ਤਾਂ ਬਿਲਕੁਲ ਠੀਕ ਹੈ ਡਾਕਟਰ ਸਾਹਿਬ, ਬਹੁਤ ਤੁਹਾਡਾ ਧੰਨਵਾਦ, ਤੁਸੀਂ ਜੋ ਮੈਨੂੰ ਨਵਾਂ ਜੀਵਨ ਦਿੱਤਾ ਹੈ। ਧੰਨਵਾਦ ਮੇਰਾ ਨਹੀਂ, ਧੰਨਵਾਦ ਤੁਸੀਂ ਇਹਨਾਂ ਦਾ ਕਰੋ। ਇਹ ਸਮੇਂ ਸਿਰ ਤੈਨੂੰ ਨਾ ਲੈ ਕੇ ਆਉਂਦੇ ਤਾਂ ਸ਼ਾਇਦ ਤੇਰੀ ਜਾਨ ਨੂੰ ਖਤਰਾ ਹੋ ਸਕਦਾ ਸੀ। ਬਾਈ ਜੀ, ਆਪਾਂ ਤਾਂ ਇੱਕ ਦੂਜੇ ਨੂੰ ਜਾਣਦੇ ਵੀ ਨਹੀਂ, ਫਿਰ ਵੀ ਤੁਸੀਂ ਮੇਰੀ ਹੈਲਪ ਕੀਤੀ, ਉਹਦੇ ਲਈ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ। ਹੈਲਪ ਕਰਨ ਲਈ ਜਾਣ ਪਹਿਚਾਣ ਦਾ ਹੋਣਾ ਜ਼ਰੂਰੀ ਨਹੀਂ ਹੁੰਦਾ, ਬਸ ਇਹ ਲੋੜ ਹੈ ਸਿਰਫ ਆਪਣੇ ਫਰਜ਼ ਤੇ ਡਿਊਟੀ ਨੂੰ ਸਮਝਣ ਦੀ। ਸਹੀ ਗੱਲ ਹੈ ਬਾਈ ਜੀ, ਤੁਹਾਡੀ ਇਹ ਸੱਚੀ ਸੁੱਚੀ ਭਾਵਨਾ ਦੇਖ ਕੇ ਸਾਡੀ ਵੀ ਅੱਖਾਂ ਖੁੱਲ ਗਈਆਂ। ਸੋ ਅਸੀਂ ਵੀ ਵਾਅਦਾ ਕਰਦੇ ਹਾਂ, ਅਸੀਂ ਵੀ ਕਦੇ ਪਿੱਛੇ ਨਹੀਂ ਹਟਾਂਗੇ, ਤੇ ਰਹੀ ਗੱਲ ਕਾਨੂੰਨ ਦੀ, ਉਹਦੀ ਵੀ ਪੂਰੀ ਜਾਣਕਾਰੀ ਲਵਾਂਗੇ। ਬਿਲਕੁਲ, ਕਿਉਂਕਿ ਜਦੋਂ ਤੱਕ ਅਸੀਂ ਆਪਣੇ ਫਰਜ਼ਾਂ ਨੂੰ ਨਹੀਂ ਸਮਝਾਂਗੇ ਉਦੋਂ ਤੱਕ ਤਾਂ ਕਾਨੂੰਨ ਨੇ ਵੀ ਸਾਡੀ ਹੈਲਪ ਨਹੀਂ ਕਰਨੀ। ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਫਰਜ਼ਾਂ ਨੂੰ ਸਮਝੀਏ ਤੇ ਉਹਨਾਂ ਨੂੰ ਬਖੂਬੀ ਨਿਭਾਈਏ।